ਪਿੰਡ ਫੱਤਾ ਮਾਲੋਕੇ ਦੇ ਮੌਜੂਦਾ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਆਪਣੀ ਮਾਤਾ ਤੇਜ ਕੌਰ ਦੇ ਭੋਗ ਅਤੇ ਅੰਤਮ ਅਰਦਾਸ ਮੌਕੇ ਖੂਨਦਾਨ ਕੈਂਪ ਲਗਾਇਆ, ਪੌਦੇ ਵੰਡੇ ਅਤੇ ਕੈਂਸਰ ਜਾਗਰੂਕ ਕੈਂਪ ਲਗਾ ਕੇ ਦੱਸਿਆ ਕਿ ਅਸੀਂ ਕੈਂਸਰ ਨੂੰ ਕਿਵੇਂ ਹਰਾ ਸਕਦੇ ਹਾਂ, ਸਾਡੀ ਘਰ ਦੀ ਰਸੋਈ ਆਦਿ ਖਾਣਾ ਕਿਵੇਂ ਅਤੇ ਕਿਹੋ ਜਿਹੇ ਬਰਤਨਾਂ ਵਿੱਚ ਬਣਾਉਣਾ ਚਾਹੀਦਾ। ਇਸ ਸੰਬੰਧੀ ਪ੍ਰੋਫੈਸਰ ਕੇ ਸ਼ਰਮਾ ਨੇ ਵਿਸਥਾਰਪੂਰਵਕ ਸਮਝਾਇਆ। ਇਸ ਮੌਕੇ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਿੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬੇਕਰ ਮੋਫਰ, ਜ਼ਿਲ੍ਹਾ ਮਾਨਸਾ ਦੇ ਵੱਖ ਵੱਖ ਮੁੱਦੇ ਪ੍ਰਸ਼ਾਸਨ ਕੋਲ ਉਠਾਉਣ ਵਾਲੇ ਸੀਨੀਅਰ ਐਡਵੋਕੇਟ ਗੁਰਲਾਭ ਸਿੰਘ ਮਾਹਲ, ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਤਰਵਿੰਦਰ ਸਿੰਘ ਮਾਖਾ, ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਵਾਲੀ, ਪਹਿਲਵਾਨ ਨਿਰਮਲ ਸਿੰਘ ਨਿੰਮਾ ਆਦਿ ਨੇ ਮਾਤਾ ਤੇਜ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਰ ਮੈਂ ਤੁਹਾਨੂੰ ਸਮਝਾ ਦਿੰਦਾ ਕੀ ਕਰਨਾ। ਹਲਦੀ, ਆਦਾ, ਲਸਣ, ਪਿਆਜ਼ ਤੇ ਕੌੜੀ ਤੋਂ ਕੌੜੀ ਕਾਲੀ ਮਿਰਚ, ਮਿਰਚ ਲਾਲ ਮਿਰਚ ਜਿੰਨੀ ਕੌੜੀ ਹੋਵੇ ਉਹ ਵੱਧ ਤੋਂ ਵੱਧ ਪਾ ਦਿਓ। ਉਹ ਚ ਕੰਜੂਸੀ ਨਾ ਕਰੋ, ਜਿੰਨੀ ਪਾ ਸਕਦੇ ਹੋ ਪਾ ਦਿਓ। ਇਹ ਪੰਜੇ ਛੇ ਚੀਜ਼ਾਂ ਕੈਂਸਰ ਦੀ ਐਡੀ ਵੱਡੀ ਦਵਾ ਨੇ ਕਿ ਕਿਸੇ ਨੂੰ ਕੈਂਸਰ ਨਹੀਂ ਹੋਣਾ। ਸਿਰਫ ਤੁਸੀਂ ਕੰਜੂਸੀ ਕਾਹ 'ਚ ਕਰਨੀ ਹੈ? ਨਮਕ ਪਾਉਣ 'ਚ, ਨਮਕ ਘੱਟ ਤੋਂ ਘੱਟ ਪਾਉਣਾ, ਨਮਕ 'ਚ ਕੰਜੂਸੀ, ਬਾਕੀ ਸਾਰੀਆਂ ਚੀਜ਼ਾਂ ਦੱਬ ਕੇ ਪਾ ਦਿਓ ਅਤੇ ਪੰਜ ਛੇ ਚੀਜ਼ਾਂ ਆਪਣੀ ਰਸੋਈ 'ਚੋਂ ਬਾਹਰ ਕੱਢ ਦਿਓ। ਅੱਜ ਹੀ ਕੱਢ ਦਿਓ ਜੇ ਮੇਰੀ ਗੱਲ ਮੰਨਣੀ ਹੈ, ਜੇ ਬਚਣਾ ਅੱਜ ਹੀ ਕੱਢ ਦਿਓ। ਰਿਫਾਇੰਡ ਤੇਲ ਨੂੰ ਬਾਹਰ ਕੱਢ ਦਿਓ, ਪੈਕਟਾਂ ਵਾਲੇ ਨਮਕ ਨੂੰ, ਟਾਟਾ ਨਮਕ ਨੂੰ ਬਾਹਰ ਕੱਢ ਦਿਓ, ਉਹਦੀ ਥਾਂ 'ਤੇ ਸੇਂਦਾ ਜਾਂ ਕਾਲਾ ਨਮਕ ਲਓ। ਅਲਮੀਨੀ ਦੇ ਭਾਂਡਿਆਂ ਨੂੰ ਬਾਹਰ ਕੱਢ ਦਿਓ, ਮਾਈਕ੍ਰੋਵੇਵ ਨੂੰ ਬਾਹਰ ਕੱਢ ਦਿਓ। ਜਪਾਨ 'ਚ ਬੰਦ ਕਰਤਾ ਮਾਈਕ੍ਰੋਵੇਵ, ਬੈਨ ਕਰਤਾ, ਚਾਈਨਾ 'ਚ ਅਗਲੇ ਸਾਲ ਤੋਂ ਬੈਨ ਹੋ ਰਿਹਾ। ਕੁੱਕਰ ਹੈ, ਨੌਨ ਸਟਿਕ ਬਰਤਨ ਨੇ ਅਤੇ ਖਾਸ ਤੌਰ 'ਤੇ ਚਿੱਟੀ ਚੀਨੀ ਜ਼ਹਿਰ ਹੈ, ਇੱਦੋਂ ਵੱਡਾ ਕੋਈ ਜ਼ਹਿਰ ਨਹੀਂ ਹੈ। ਗੁੜ ਖਾਓ, ਸ਼ੱਕਰ ਵਰਤੋ, ਸ਼ਹਿਦ ਵਰਤੋ, ਹੋਰ ਚੀਜ਼ਾਂ ਵਰਤੋ। ਮੈਂ ਕੈਂਸਰ ਬਾਰੇ ਲੋਕਾਂ ਨੂੰ ਬਿਲਕੁਲ ਪਤਾ ਨਹੀਂ ਹੈ, ਅਣਜਾਣ ਨੇ, ਕੈਂਸਰ ਬਾਰੇ ਗਿਆਨ ਨਹੀਂ ਹੈ। ਕੈਂਸਰ ਨੂੰ ਐਡਾ ਵੱਡਾ ਹਊਆ ਬਣਾਤਾ, ਐਡਾ ਵੱਡਾ ਡਰ ਬਣਾਤਾ ਹਸਪਤਾਲਾਂ ਨੇ, ਕੰਪਨੀਆਂ ਨੇ, ਦਵਾਈਆਂ ਵੇਚਣ ਵਾਲਿਆਂ ਨੇ, ਟੈਸਟ ਕਰਨ ਵਾਲਿਆਂ ਨੇ, ਕਿ ਕੈਂਸਰ ਦਾ ਮਤਲਬ ਮੌਤ। ਕੈਂਸਰ ਦਾ ਪਤਾ ਲੱਗਿਆ ਨਹੀਂ ਅਤੇ ਬੰਦਾ ਆਪਣਾ ਬੋਰੀਆ ਬਿਸਤਰਾ ਬੰਨਣਾ ਤਿਆਰ ਹੋ ਜਾਂਦਾ, ਘਰ ਦੇ ਵੀ ਕਹਿ ਦਿੰਦੇ ਨੇ ਕਾਗਜ਼ ਪੱਤਰ ਲੈ ਲਓ, ਇਹਦਾ ਰਜਿਸਟਰੀਆਂ ਰਜਿਸਟਰੀਆਂ ਕਰਾ ਲਓ, ਇਹਦਾ ਤਾਂ ਪਤਾ ਨਹੀਂ, ਇਹ ਤਾਂ ਜਾਣਾ ਹੀ ਜਾਣਾ ਇਹਦਾ। ਪਰ ਮੈਂ ਕਹਿਣਾ ਕੈਂਸਰ ਦਾ ਮਤਲਬ ਮੌਤ ਨਹੀਂ ਹੈ, ਕੈਂਸਰ ਨੂੰ ਅਸੀਂ ਹਰਾ ਸਕਦੇ। ਕੈਂਸਰ ਕੋਈ ਐਡੀ ਵੱਡੀ ਬਿਮਾਰੀ ਨਹੀਂ ਹੈ ਜਿਸਨੂੰ ਹਰਾਇਆ ਨਹੀਂ ਜਾ ਸਕਦਾ। ਅਸੀਂ 50-60 ਲੱਖ ਰੁਪਇਆ ਹਸਪਤਾਲ 'ਚ ਲਾ ਕੇ ਲੁੱਟ ਪਟਾ ਕੇ ਘਰੇ ਬੈਠ ਜਾਂਦੇ। ਮੇਰੇ ਕੋਲ ਕਿੰਨੇ ਬੰਦੇ ਆਉਂਦੇ ਨੇ ਬਾਹਰਲੇ ਦੇਸ਼ਾਂ ਤੋਂ, ਫੋਨ ਆਉਂਦੇ ਨੇ, ਸੈਂਕੜੇ ਬੰਦਿਆਂ ਨਾਲ ਮੇਰਾ ਹਰ ਰੋਜ਼ ਸੰਪਰਕ ਹੁੰਦਾ, ਪਰ ਉਹ ਉਦੋਂ ਆਉਂਦੇ ਨੇ ਜਦੋਂ ਸਭ ਕੁਝ ਤਬਾਹ ਹੋ ਜਾਂਦਾ, ਸਰੀਰ ਤਬਾਹ ਹੋ ਜਾਂਦਾ। ਆਵਾਜ਼ ਕੰਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।